ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ ਪਿੱਛੋਂ ਰਾਤੀ ਸਦੜਾ ਹੇ ਪਿਤਾ ਜੀ ਪਿਛਲੀ ਰਾਤ ਉੱਠ ਕੇ ਇਹ ਸਦੜਾ ਹੁਕਮ ਹੈ ਪਰਮੇਸ਼ਰ ਦਾ ਪਿਛਲੀ ਰਾਤ ਪਿਛਲੀ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਵਧਾਏ ਪਿਛਲੀ ਰਾਤ ਜਾਗਣ ਦਾ ਵਾਹਿਗੁਰੂ ਦਾ ਹੁਕਮ ਹੈ ਪਿਛਲੀ ਰਾਤ ਜਦੋਂ ਰਹਿ ਜਾਵੇ ਉਸ ਵੇਲੇ ਜਾਗਣਾ ਹੈ ਆਗਿਆ ਹੈ ਪਰਮੇਸ਼ਰ ਦੀ ਜਾ ਕੇ ਕੀ ਕਰਨਾ ਹੈ ਨਾਮ ਖਸਮ ਕਾਲੇ ਪਰਮੇਸ਼ਰ ਦਾ ਨਾਮ ਲੈਣਾ ਚਾਹੀਦਾ ਉੱਠ ਕਰਕੇ ਪਿਛਲੀ ਰਾਤ ਜਾ ਕਰਕੇ ਇਹ ਵਾਹਿਗੁਰੂ ਦਾ ਸਦੜਾ ਹੁਕਮ ਹੈ ਪਿਤਾ ਜੀ ਮਹਾਰਾਜ ਪਿਛਲੀ ਰਾਤ ਕਿਹੜੀ ਹੈ ਮਹਾਰਾਜ ਕਹਿੰਦੇ ਚੌਹਾਂ ਯੁੱਗਾਂ ਵਿੱਚੋਂ ਕਲਯੁੱਗ ਦਾ ਜਿਹੜਾ ਸਮਾਂ ਹੈ ਇਹ ਚੌਥਾ ਯੁੱਗ ਹੈ ਇਹ ਵੀ ਕਲਯੁੱਗ ਦਾ ਸਮਾਂ ਇੱਕ ਪਿਛਲੀ ਰਾਤ ਹੈ ਅਤੇ 84 ਲੱਖ ਜੂਨ ਵਿੱਚੋਂ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਵੀ ਪਿਛਲੀ ਰਾਤ ਹੈ ਇਸੇ ਪ੍ਰਕਾਰ ਰਾਤ ਦਾ ਜਿਵੇਂ ਚੌਥਾ ਪਹਿਰ ਪਿਛਲੀ ਰਾਤ ਪਹਿਰ ਹੁੰਦਾ ਰਾਤ ਹੁੰਦੀ ਹੈ ਇਸੇ ਪ੍ਰਕਾਰ ਉਮਰ ਦਾ ਵੀ ਚੌਥਾ ਪਹਿਰ ਜਿਹੜਾ ਗਿਰਧ ਅਵਸਥਾ ਹੈ ਇਹ ਵੀ ਚੌਥਾ ਪਹਿਰ ਹੈ ਪਿਛਲੀ ਰਾਤ ਹੈ ਇਸ ਪ੍ਰਕਾਰ 84 ਲੱਖ ਜੂਨ ਭੋਗ ਕੇ ਮਨੁੱਖਾ ਜਨਮ ਵੀ ਇਹ ਪਿਛਲੀ ਰਾਤ ਸਾਨੂੰ ਪ੍ਰਾਪਤ ਹੋਈ ਜ਼ਿੰਦਗੀ ਪ੍ਰਾਪਤ ਹੋਈ ਹੈ ਇਸ ਵਿੱਚ ਨਾਮ ਖਸਮ ਕਾਲੇ ਇਸ ਪ੍ਰਕਾਰ ਪਿਛਲੀਆਂ ਰਾਤਾਂ ਬਾਬਤ ਜ਼ਿਕਰ ਹੈ ਨਾਮ ਖਸਮ ਅਕਾਲ ਪੁਰਖ ਦਾ ਲੈਣਾ ਕਰੋ ਕਿਸੇ ਪ੍ਰਕਾਰ ਆਲਸ ਨਾ ਕਰੋ ਦਲਿੱਦਰ ਨੂੰ ਛੱਡ ਕੇ ਪਿਛਲੀ ਰਾਤ ਉੱਠ ਕੇ ਮਹਾਰਾਜ ਦੇ ਨਾਮ ਦਾ ਉਚਾਰਨ ਕਰੋ